ਹੁਣ ਗੁਰਦੁਆਰਿਆਂ ਦੇ ਵਿੱਚ ਐਸੇ ਐਸੇ ਘੜਮ ਚੌਧਰੀ ਆਣ ਕੇ ਵੜ ਗਏ ਨੇ ਜਿਹੜੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਆਉਣ ਦਿੰਦੇ। ਲੱਖ ਸਿੱਧਾ ਰੱਖੋ, ਸੁਚੇਤ ਹੋ। ਕੀ ਕਿਹਾ? ਸਾਰੇ ਬੋਲੋ ਨਾ, ਮੈਨੂੰ ਪਤਾ ਲੱਗੇ ਵੀ ਆਹ ਜਿਹੜੇ 6 ਦਿਨ ਲਾਏ ਨੇ ਇਹਦਾ ਕੁਛ ਸੰਗਤ ਦੇ ਉੱਤੇ ਅੰਮ੍ਰਿਤ ਡੁੱਲਾ ਹੈ। ਘੜਮ ਚੌਧਰੀ ਬੀਬੀਆਂ ਵੀ ਵਿੱਚ ਨੇ, ਘੜਮ ਚੌਧਰੀਆਂ ਦੇ ਵਿੱਚ ਬੀਬੀਆਂ ਵੀ ਨੇ, ਬੰਦੇ ਵੀ ਨੇ। ਜਿਹੜੇ ਕਹਿੰਦੇ ਜੀ ਸਾਡੇ ਮਹਾਂਪੁਰਸ਼ ਕਹਿੰਦੇ ਕੇਵਲ ਸੁਖਮਨੀ ਸਾਹਿਬ ਪੜ੍ਹੋ, ਕਮਾਲ ਦੀ ਗੱਲ। ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦੇ ਸਰੂਪ ਪੰਜ ਪਿਆਰੇ ਆ ਜਿਹੜੇ ਸਿੱਖ ਨੂੰ ਸਿੱਖਿਆ ਦਿੰਦੇ। ਕੀ ਜੀ? ਸਾਰੇ ਬੋਲੋ, ਜਦੋਂ ਅੰਮ੍ਰਿਤ ਛਕਾਉਂਦੇ ਤਾਂ ਕੀ ਦਿੰਦੇ? ਅੱਜ ਤੋਂ ਗੁਰੂ ਕਿਹਾ ਸਿੱਖਾ ਸਵੇਰੇ ਕੇਸੀ ਇਸ਼ਨਾਨ ਉੱਠ ਕੇ ਰੱਬ ਦਾ ਨਾਮ ਜਪਣਾ ਹੈ ਕਰਕੇ ਅਤੇ ਫਿਰ ਪੰਜ ਬਾਣੀਆਂ ਦਾ ਨਿਤਨੇਮ। ਇਹਨਾਂ ਕੋਲ ਕੀ ਪਾਵਰ ਆ ਵੀ ਇਹ ਕਹਿੰਦੇ ਨਿਤਨੇਮ ਨਹੀਂ ਸੁਖਮਨੀ ਸਾਹਿਬ, ਕਿਉਂਕਿ ਸੁਖਮਨੀ ਸਾਹਿਬ ਦੇ ਵਿੱਚ ਬਹੁਤ ਇਸ਼ਾਰੇ ਨੇ ਜਿੱਥੋਂ ਇੱਛਾ ਪੂਰੀਆਂ ਹੁੰਦੀਆਂ। ਮੇਰਾ ਗੁਰੂ ਜਾਪ ਸਾਹਿਬ ਵਿੱਚ ਖੜਨਾ ਚਾਹੁੰਦਾ ਜਿੱਥੇ ਕੁਛ ਵੀ ਨਹੀਂ, ਕੋਈ ਇੱਛਾ ਨਹੀਂ। ਤੁਸੀਂ ਵੇਖੋ ਜਾਪ ਸਾਹਿਬ ਦੇ ਵਿੱਚ ਇੱਕ ਤੋਕ ਇਹੋ ਜਿਹੀ ਵਿਖਾ ਦਿਓ ਜਿਹਦੇ ਵਿੱਚ ਲਿਖਿਆ ਵਾ ਪੁੱਤ ਮਿਲਦੇ ਮੁਕਤੀ, ਮੁਕਤੀ ਤੱਕ ਵੀ ਮੁਕਤੀ ਵੀ ਨਹੀਂ ਹੈਗੀ। ਮੁਕਤ ਬੱਪੜੀ ਭੀ ਗਿਆਨੀ ਤਿਆਗੇ, ਇਸ ਤਰ੍ਹਾਂ ਲਿਖਿਆ। ਇੱਕ ਵਾਰ ਬੋਲੋ, ਇੱਕ ਵਾਰ ਕੱਢ ਦਿਓ ਜੀ ਬੋਰਡ ਦੇ ਉੱਤੇ ਚੰਗੀ ਤਰ੍ਹਾਂ ਵੇਖ ਲੈ ਸੰਗਤ, ਆਖੋ ਵਾਹਿਗੁਰੂ, ਉਹ ਉੱਤੇ ਪੜ੍ਹੋ। ਜਿਹਨਾਂ ਨੂੰ ਗਿਆਨ ਹੋ ਜਾਂਦਾ ਮੁਕਤੀ ਨੂੰ ਵੀ ਕਹਿੰਦੇ ਜ਼ਿਆਦਾ ਕੰਮ ਕਰ, ਕਿਉਂਕਿ ਜਾਪ ਸਾਹਿਬ ਵਿੱਚ ਮੁਕਤੀ ਨਹੀਂ। ਅੱਜ ਤੋਂ ਮੈਂ ਉਹ ਚੀਜ਼ ਮੰਗੂੰਗਾ ਜਿਹੜੀ ਜਾਪ ਸਾਹਿਬ 'ਚ ਹੈਗੀ, ਨਹੀਂ ਪਤਾ ਲੱਗਾ? ਅਤੇ ਜਾਪ ਸਾਹਿਬ ਵਿੱਚ ਕੀ ਆ? ਲੇਖ ਹੈ, ਪੇਖ ਹੈ, ਨਾਮ ਹੈ, ਕਾਮ ਹੈ, ਅਤੇ ਉਹਦੇ ਵਿੱਚ ਤਾਂ ਹੈ ਹੀ ਉਹ, ਨਹੀਂ ਪਤਾ ਲੱਗਾ? ਜਾਪ ਸਾਹਿਬ ਦੇ ਵਿੱਚ ਤਾਂ ਉਹਦੇ ਵਿੱਚ ਤਾਂ ਕੋਈ ਮੁਕਤੀ ਨਹੀਂ, ਕੋਈ ਪੁੱਤਰ ਨਹੀਂ, ਕੋਈ ਧੀ ਨਹੀਂ, ਕੋਈ ਵੱਡੇ ਹੋਣਾ ਨਹੀਂ, ਕੋਈ ਛੋਟੇ ਹੋਣਾ ਨਹੀਂ, ਇੱਕ ਰਸ